ਪੱਟ ਸਹਿਬਾਨਾ ਨੇ ਬੋਲ ਬੜੇ ਪਿਆਰ ਵਾਲਾ ਕਿਹਾ, ਕਹਿੰਦੇ ਸੰਸਾਰ ਅਗੰਮ ਸਾਗਰ ਤੁਲਹਾ ਹਰ ਨਾਮ, ਗੁਰੂ ਮੁਖ ਪਾਇਆ ਜਗ ਜਨਮ ਮਰਨ ਭਗਾ, ਇਹ ਆਈ ਹੀ ਹੈ ਪ੍ਰਤੀਤ, ਪ੍ਰਤੀਤ ਹੀ ਹੈ ਆਈ ਜਿਨ ਜਨ ਕੈ ਤਿੰਨ ਕੋ ਪਦਵੀ ਉੱਚ ਪਈ। ਗੱਲ ਤਾਂ ਵਿਸ਼ਵਾਸ ਦੀ ਆ ਨਾ, ਕਹਿੰਦੇ ਜੇ ਵਿਸ਼ਵਾਸ ਬਣ ਗਿਆ ਫਿਰ ਉਸ ਅਵਸਥਾ ਨੂੰ ਪ੍ਰਾਪਤ ਕਰ ਲਏਗਾ ਜਿੱਥੇ ਜਾ ਕੇ ਤੇਰੇ ਵਿੱਚ ਤੇ ਰੱਬ ਵਿੱਚ ਅੰਤਰ ਨਹੀਂ ਰਹੇਗਾ। ਜਿੰਨਾ ਚਿਰ ਵਿਸ਼ਵਾਸ ਹੀ ਨਹੀਂ ਬਣਿਆ, ਜਿੰਨਾ ਚਿਰ ਭਰੋਸਾ ਹੀ ਨਹੀਂ ਬਣਿਆ, ਕਿੱਦਾਂ ਗੱਲ ਬਣਾਏਗੀ। ਕਹਿੰਦੇ ਪ੍ਰਤੀਤ ਹੀ ਹੈ ਆਈ ਜਿਨ ਜਨ ਕੈ ਤਿੰਨ ਕੋ ਪਦਵੀ ਉੱਚ ਭਈ, ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬਿਰਥ ਆ ਗਈ। ਜਿੱਦਣ ਤੇਰੇ ਅੰਦਰ ਰੱਬ ਜੀ ਪ੍ਰਤੀ ਵਿਸ਼ਵਾਸ ਬਣ ਗਿਆ, ਲਾਲਚ ਖਤਮ ਹੋ ਜਾਏਗਾ, ਮੋਹ ਖਤਮ ਹੋ ਜਾਏਗਾ, ਝੂਠ ਨਿੰਦਿਆ ਈਰਖਾ ਸਭ ਕੁਝ ਖਤਮ ਹੋ ਜਾਏਗੀ। ਬਾਣੀ ਪੜ੍ਹਦੇ ਹਾਂ ਗੁਰੂ ਨਾਲ ਪਿਆਰ ਨਹੀਂ ਤਾਂ ਹੀ ਉਹ ਝੂਠ ਬੋਲ ਜਾਂਦੇ ਆ, ਬਾਣੀ ਪੜ੍ਹਦੇ ਹਾਂ ਗੁਰੂ ਨਾਲ ਪਿਆਰ ਨਹੀਂ ਤਾਂ ਹੀ ਉਹ ਈਰਖਾ 'ਚ ਸੜੇ ਪਏ ਆ। ਮਹਾਰਾਜ ਜੀ ਕਹਿੰਦੇ ਪਿਆਰ ਬਣਾ, ਜਿੱਦਣ ਪਿਆਰ ਬਣਾ ਲਿਆ ਗੱਲ ਹੀ ਉੱਦਣ ਬਣਨੀ ਆ। ਅਸੀਂ ਰੋਜ਼ਾਨਾ ਹੀ ਬਚਨ ਪੜ੍ਹਦੇ ਹਾਂ, ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਦੁਨੀਆਂ ਦੇ ਲੋਗੋ ਕੰਨ ਖੋਲ ਕੇ ਮੇਰੀ ਗੱਲ ਧਿਆਨ ਨਾਲ ਸੁਣ ਲਓ ਭਾਈ, ਜੇ ਰੱਬ ਤੱਕ ਪਹੁੰਚਣਾ ਚਾਹੁੰਦੇ ਜੇ ਨਾ ਫਿਰ ਇੱਕ ਹੀ ਤਰੀਕਾ ਅਪਣਾ ਲਵੋ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਜਦੋਂ ਸਵਈਆਂ ਦੀ ਅਸੀਂ ਆਰੰਭਤਾ ਕਰਦੇ ਹਾਂ ਨਾ, ਪਹਿਲੇ ਸਵਈਏ ਦੀ ਆਖਰਲੀ ਜਿਹੜੀ ਪੰਕਤੀ ਆ, ਮਹਾਰਾਜ ਜੀ ਕਹਿੰਦੇ ਤਿੰਨ ਗੱਲਾਂ ਚਾਹੀਦਾ ਹਰੇਕ ਇਨਸਾਨ ਕੋਲੇ ਰੱਬ ਜੀ ਦਾ ਪਿਆਰ ਲੈਣ ਵਾਸਤੇ, ਜ਼ਿੰਦਗੀ ਦੀ ਸਫਲਤਾ ਵਾਸਤੇ, ਇੱਕ ਸ਼ਰਧਾ, ਦੂਜਾ ਪਿਆਰ ਤੇ ਤੀਜਾ ਉਹਦੀ ਕਿਰਪਾ। ਜਿੰਨਾ ਚਿਰ ਤੁਹਾਡੇ ਮਨ ਵਿੱਚ ਉਹਦੇ ਪ੍ਰਤੀ ਸ਼ਰਧਾ ਨਹੀਂ ਹੈ, ਤੁਹਾਡੇ ਮਨ ਵਿੱਚ ਉਹਦੇ ਪ੍ਰਤੀ ਪਿਆਰ ਹੀ ਨਹੀਂ ਹੈ, ਜਿੰਨਾ ਚਿਰ ਤੁਸੀਂ ਉਹਦੀ ਕਿਰਪਾ ਦੇ ਪਾਤਰ ਹੀ ਨਹੀਂ ਬਣੇ, ਮਹਾਰਾਜ ਜੀ ਕਹਿੰਦੇ ਰੱਬ ਦੇ ਘਰ 'ਚ ਤਾਂ ਤੁਹਾਡਾ ਕੌਡੀ ਜਿੰਨਾ ਵੀ ਮੁੱਲ ਨਹੀਂ ਜੇ ਪੈਣਾ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੋਂ ਤੇ ਏਕ ਰਤੀ ਬਿਨ ਏਕ ਰੱਤੀ ਕੇ, ਰੱਤੀ ਦਾ ਆਖਰੀ ਅਰਥ ਹੈ ਕੌਡੀਆਂ ਤੋਂ ਵੀ ਗਏ ਗੁਜ਼ਰੇ ਹਾਂ ਤੁਸੀਂ। ਜੇ ਤੁਹਾਡੇ ਮਨ ਵਿੱਚ ਉਹਦੇ ਪ੍ਰਤੀ ਵਿਸ਼ਵਾਸ ਹੀ ਨਹੀਂ ਹੈ, ਪਿਆਰ ਹੀ ਨਹੀਂ ਹੈ, ਉਹਦੀ ਕਿਰਪਾ ਦੇ ਪਾਤਰ ਹੀ ਨਹੀਂ ਬਣੇ, ਤੇ ਮਹਾਰਾਜ ਜੀ ਕਹਿੰਦੇ ਕੌਡੀ ਤਾਂ ਫੇਰ ਵੀ ਕਿਤੇ ਨਾ ਕਿਤੇ ਵਿਕ ਜਾਂਦੀ, ਤੁਸੀਂ ਉਹ ਵੀ ਨਹੀਂ ਵਿਕਣਾ ਜੀ। ਕੌਡੀ ਦਾ ਤਾਂ ਫੇਰ ਵੀ ਕਿਤੇ ਮੁੱਲ ਆ, ਤੁਹਾਡਾ ਰੱਬ ਦੇ ਘਰ 'ਚ ਕੌਡੀ ਜਿੰਨਾ ਵੀ ਮੁੱਲ ਨਹੀਂ ਜੇ ਪੈਣਾ, ਜੇ ਤੁਸੀਂ ਰੱਬ ਪ੍ਰਤੀ ਵਿਸ਼ਵਾਸ ਹੀ ਨਾ ਬਣਾਇਆ। ਅੱਜ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆਤਮੈ ਨੋ ਆਤਮੈ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ। ਆਤਮਾ ਅਡੋਲ ਨਾ ਡੋਲਈ ਗੁਰ ਕੈ ਭਾਏ ਸੁਭਾਏ। ਕਹਿੰਦੇ ਜਦੋਂ ਗੁਰੂ ਦੀ ਮੱਤ ਲੈ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਨ ਲੱਗ ਪਾਉਂਗੇ ਨਾ, ਮਹਾਰਾਜ ਜੀ ਕਹਿੰਦੇ ਆਤਮਾ ਅਡੋਲ ਨਾ ਡੋਲਈ, ਫਿਰ ਕਹਿੰਦੇ ਜੀਵ ਅਡੋਲ ਹੋ ਜਾਏਗਾ, ਫਿਰ ਮਾਇਆ ਦੇ ਅੱਗੇ ਡੋਲੇਗਾ ਨਹੀਂ, ਤੇ ਸੱਚੇ ਪਾਤਸ਼ਾਹ ਨੇ ਅੱਗੇ ਬੋਲ ਕੇ ਗੁਰ ਕੈ ਭਾਏ ਸੁਭਾਏ। ਕਿਉਂਕਿ ਜਦੋਂ ਗੁਰੂ ਦਾ ਪਿਆਰ ਆ ਜਾਂਦਾ, ਜਦੋਂ ਗੁਰੂ ਵਾਲਾ ਸੁਭਾਅ ਆ ਜਾਂਦਾ, ਉਦੋਂ ਮਹਾਰਾਜ ਜੀ ਕਹਿੰਦੇ ਮਾਇਆ ਵਿੱਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਰਹਿਣ ਵਾਲਾ ਗੁਣ ਆ ਜਾਂਦਾ। ਵੇਖੋ ਗੁਰਬਾਣੀ ਵਿੱਚ ਕਿਤੇ ਮਾਇਆ ਤਿਆਗਣ ਵਾਸਤੇ ਨਹੀਂ ਕਿਹਾ। ਮਹਾਰਾਜ ਜੀ ਕਹਿੰਦੇ ਜਿੰਨੀ ਮਰਜ਼ੀ ਕਮਾ, ਪਰ ਤੇਰੇ ਜੀਵਨ 'ਚ ਇੱਕ ਖਿਆਲ ਚਾਹੀਦਾ ਵੀ ਜਿੰਨੇ ਮੈਨੂੰ ਕਮਾਉਣ ਦੇ ਯੋਗ ਬਣਾਇਆ ਨਾ, ਮੈਂ ਉਹਨੂੰ ਨਹੀਂ ਭੁੱਲਣਾ। ਕਮਾ ਜਿੰਨੀ ਮਰਜ਼ੀ, ਪਰ ਜਿੰਨੇ ਕਮਾਉਣ ਦੇ ਯੋਗ ਬਣਾ ਦਿੱਤਾ ਉਹਨੂੰ ਨਾ ਭੁੱਲ, ਉਹਨੂੰ ਹਰ ਵਕਤ ਸਿਮਰਦਾ ਰਹਿਣਾ ਹੈ। ਬਾਬੇ ਕਬੀਰ ਜੀ ਨੇ ਇੱਕ ਬੋਲ ਕਿਹਾ, ਕਹਿੰਦੇ ਜਿਹੜੀ ਮਾਇਆ ਇਹਨਾਂ ਤੋਂ ਗ੍ਰਿਸਤੀ ਦੇ ਘਰ ਦਾ ਸ਼ਿੰਗਾਰ ਆ, ਗ੍ਰਿਸਤੀ ਕੋਲੇ ਮਾਇਆ ਹੋਏਗੀ ਤਾਂ ਹੀ ਆਏ ਗਏ ਦੀ ਸੇਵਾ ਕਰੇਗਾ ਨਾ, ਜੇ ਮਾਇਆ ਹੀ ਨਾ ਹੋਈ, ਬਹੁਤ ਗਰੀਬੀ ਆ, ਜਿਹੜਾ ਘਰ ਚ ਆਏਗਾ ਉਹਨੇ ਜਾ ਕੇ 100 ਗੱਲਾਂ ਕਰਨੀਆਂ, ਨਾ ਚਾਹ ਪੁੱਛੀ, ਨਾ ਰੋਟੀ ਪੁੱਛੀ, ਨਾ ਉਹਨਾਂ ਦੇ ਘਰੇ ਕੋਈ ਪੱਖੇ ਦਾ ਇੰਤਜ਼ਾਮ, ਨਾ ਕੂਲਰ ਦਾ, ਗਰਮੀ 'ਚ ਇੱਕ ਰਾਤ ਸੁੱਤੇ ਰਹੇ ਆ।
महाराज जी कहंदे जिहड़ी माया गृहस्थी दे घर दा शिंगार आ, माया है ते गृहस्थी दी दुनिया च शुभ आ, जे माया नहीं ना है ते महाराज जी कहंदे गृहस्थी नूं कोई नहीं पुछदा जी। बाबा जी कहंदे माया जरूर तेरे कोले चाहीदी आ क्योंकि तेरे घर दा शिंगार आ, टब्बर नहीं पलना, पर माया कमाउंदिआं माया वरतदिआं उस देण वाले नूं जरूर याद रखी। बाबा जी दे बोला कहंदे गृह शुभ आ जां कह रे नाहे, जिस गृहस्थी दे घर विच माया दी शोभा नहीं, माया दा शिंगार नहीं है, आवत पहिया खुदे जाहे, घर विच आया रिश्तेदार भुखा ही मुड़ जाएगा। वाकै अंतर नहीं संतोख, बिन सुहागन लागे दोख, गृहस्थी होवे ते माया कोले ना होवे कहिंदे जिंदगी नूं दुखां तों सवाए मिलदे कुछ नहीं। माया कमा बहुतात रूप विच कमा, पर यह ना होवे कि दात प्यारी विसरिया दा तारा, यह नहीं होना चाहिए। सब कुछ अपना एक राम पराया, यह नहीं होना चाहिए। महाराज जी कहंदे कमा पर कमाउंदिया कमाउंदिया उहदे नाल जुड़िया रही तां तेरा भला होना। अज महाराज जी कहंदे आत्मा अडोल ना डोलई गुर कै पाए सुभाए, जदों गुरु वाली मत आ गई, गुरु वाला सुभा आ गया, गुरु दा प्यार तेरे कोले आ गया, फिर महाराज जी कहंदे भाई तू माया दे विच रह के भी माया तो निर्लेप हो जाएगा। गुर बिन सहज ना आवई, लोभ मैल ना विचों जाए। ते साहिब जी कहंदे एक होर पते दी गल सुन, गुरु तो बगैर तेरे जीवन च टिकाओ भी नहीं आना, गुरु तो बगैर तेरे जीवन में सहज भी नहीं आना। ते महाराज जी कहंदे होर कहंदे लोभ मैल ना विचों जाए, जिन्ना चिर गुरु वाला नहीं ना बनता तेरे अंदरों लालच भी नहीं वो खत्म होना। जे सहज लेना चाहना, जे लालच खत्म करना चाहना, फिर गुरु दे नाल जुड़ना ही पड़ेगा। आनंद साहब की बाणी तुसी सारी पढ़ते जी, ते गुरु अमरदास पातशाह ने एक बोल बड़े प्यार वाला किया। महाराज जी कहिंदे जिन्ने मर्जी विखावे वाले धार्मिक काम करी चल, तेरे जीवन च टिकाओ आ ही नहीं सकता। महाराज जी फिर की करां, कहिंदे गुरु दे शब्द नूं पढ़िया कर, गुरु दे शब्द नूं समझिया कर, जे मन विच टिकाओ लैणा चाहुणा। साहिब दी बाणी दे बड़े प्यार वाले बोल कहिंदे करमी सहज ना उपजै, बिन सहजै सहसा ना जाए, नह जाए सहसा कितै संजम रहे कर्म कमाए, सहसै जियो मलीन है कित संजम धोता जाए। फिर महाराज जी कहंदे मन धोवो शब्द लागो, हर स्यो रहो चित लाए, कहे नानक गुर प्रसादी सहज उपजै, ए सहसा इव जाए। तेरे विखावे वाले धार्मिक कर्म तेनों अंदर दा टिकाओ नहीं दे सकदे, गे टिकाओ लैना चाहना। ते महाराज जी कहंदे फिर वाहिगुरु जी दे नाम नाल जुड़। एक बोल होर महाराज ने बड़े प्यार वाला किया, सच्चे पातशाह कहंदे पूजा वर्त तिलक इशनाना, पुन दान बहु दैन, कहू ना पीजै संजम स्वामी बोले मीठे बैन। ते साहिब जी कहंदे प्रभु जी को नाम जपत मन चैन, बहु प्रकार खोजें सब तां को विखम ना जाई लैन। अज साहिब धन गुरु अमरदास पातशाह कहंदे गुरबिन सहज ना आवई, गुरु तो बगैर जीवन में सहज नहीं आ सकता। ते सच्चे पातशाह कहंदे लोभ मैल ना विचों जाए, ना ही लालच दी मैल तेरे अंदरों जानी। सच्चे पातशाह ने बोल के ना कहंदे जदों गुरु दे दर ते आउणा दोवें हथ जोड़ के बेनती करिया कर, गुरु ग्रंथ साहिब जी इस संसार समुंदर दे विच लालच दियां छलां बहुत उच्चियां उठदियां, ते महाराज जी मेरी जिंदगी तां दिनों दिन उहनां दी लपेट विच आउंदी जा रही आ, किरपा करो जिदां एक चंगा मलाई छलां दे विचों जहाज नूं बहुत आसानी नाल पार करा सकदा, तिदां तुसीं मेरी जिंदगी दे मलाह बन जाओ ते मैनूं इस संसार समुंदर विच जिहड़ियां लालच दियां लहरां उहनां विचों पार करवा दिओ। साहिब दी बाणी दे बोल कहंदे लोभ लहर अत नीजर बाजै, काया डूबै केसवा संसार समुंदे, तार गोविंदे तार लै बाप बीठला। जिद्दां एक चंगा मला बेड़ी नूं पार करदा
महाराज जी कहते गुरु ही मलाह बने ते तेरी आ जिंदगी रूपी बेड़ी लालच दियां लहरां विचों पार हो सकदी आ जे अटक गई ते डुब गई पार कारे नूं उहदे वास्ते इत्थे आण के अरदास करिया। महाराज जी कहिंदे गुरु तो बगैर भाई तेरे अंदरों लालच दी मैल भी खत्म नहीं हो सकेगी जी। हिन पल हर नाम मन वसै सब अठ सठ तीरथ नाए। साहिब सच्चे पातशाह कहिंदे जे थोड़े जे समय लई भी तेरे हिरदे विच परमात्मा दा नाम वस गया ते समझ ला तू 68 तीर्थां दा इशनान कर लिया। साहब जी कहते खिन पल हर नाम मन वसै जे थोड़े जे समय लई तेरे हिरदे विच वाहेगुरु दा नाम वस जाए ते समझ ला 68 तीर्थां दा इशनान हो गया। साहब धन गुरु नानक पातशाह जी नूं सवाल किया महाराज जी लोग तीर्थां दा इशनान करदे आ तुसीं क्यों नहीं करदे। वह कहिंदे वी तीर्थां दा इशनान करन नाल जिंदगी पवित्र हो जाती है ते महाराज जी तुसीं वी करिया करो तुहाडी वी जिंदगी पवित्र हो जाएगी। साहब गुरु नानक पातशाह कहिंदे जिहड़ी सुहागण हुंदी आ ना वह अपने पति की मर्जी तो बगैर कोई काम नहीं करदी। जो पति चाहुंदा वह अपने जीवन में जो कुछ करेगी क्योंकि वह जानती आ जे पति की मर्जी तो बगैर कोई काम कर लिया पति नाराज हो जाएगा। पति दे हुक्म दे मुताबक चल पी पति दी नाराजगी दा सामना करना पैना। चंगी पत्नी पति दी मर्जी मुताबक पति दे हुक्म मुताबक चलदी है। ते महाराज जी कहिंदे परमात्मा मेरा पति आ मैं उहदी पत्नी आ जे उह चाहुंदे ही नहीं कि मैं तीर्थां दा इशनान करां ते फिर मैं उहदी नाराजगी थोड़ा लैणी मैं किद्दां कर लवां। तीर्थ नहावां जे तिस भावां विण भाणे के नाए करी। वह चाहता ही नहीं कि तीर्थां दा इशनान कर ते महाराज जी कहिंदे मैं उहदे हुक्म दी अदूली नहीं करनीगी मैं उहदी मर्जी च चलांगा। ये तो महाराज जी कहिंदे लोकां ने वहम पा लिया भी तीर्थां दा इशनान करो तो जिंदगी बदल जाती है पर महाराज जी कहिंदे मेरे वाहिगुरु जी का एक ही उपदेश आ तीर्थ ते नहाओ जरूर पर किहड़े तीर्थ ते तीर्थ नहावण जाओ तीर्थ नाम है तीर्थ शब्द विचार अंतर ज्ञान। करो कृपा दो मिनट इन पंक्तियां दे नाल बनाइए सांझ। तीर्थ नावन जाओ तीर्थ नाम है 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 तीर्थ शब्द विचार अंतर ज्ञान 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 है। अज धन गुरु अमरदास पातशाह कहंदे खिन पल हर नाम मन वसै 68 तीर्थ नहाए जे थोड़े जे समय लई भी तेरे हिरदे च वाहिगुरु दा नाम वस जाए ना समझ ला 68 तीर्थां दा इशनान कर लिया। जिन्हों महाराज जी कहंदे एक बार जिन तुम्हें संभारा काल फांसते ताहे उबारा जिन नर नाम तिहारो कहा दारद दुष्ट
ਦੋਖ ਤੇ ਰਹਾ। ਅੱਜ ਮਹਾਰਾਜ ਜੀ ਕਹਿੰਦੇ ਭਾਈ ਹਿਰਦੇ ਵਿੱਚ ਨਾਮ ਵਸਾ, ਠਾੜ ਤੀਰਥਾਂ ਦਾ ਇਸ਼ਨਾਨ ਕਰ ਬੈਠਿਆ ਹੀ ਹੋ ਜਾਵੇਗਾ ਜੀ। ਸੱਚੇ ਮੈਲ ਨਾ ਲੱਗਈ ਮਲ ਲਾਗੈ ਦੂਜੇ ਪਾਏ। ਸੱਚੇ ਪਾਤਸ਼ਾਹ ਕਹਿੰਦੇ ਸੱਚੇ ਮੈਲ ਨਾ ਲੱਗਈ ਮਲ ਲਾਗੈ ਦੂਜੇ ਪਾਏ। ਕਹਿੰਦੇ ਜਿਹੜੇ ਪਰਮਾਤਮਾ ਦੇ ਨਾਲ ਜੁੜ ਗਏ ਉਹਨਾਂ ਨੂੰ ਕਦੇ ਵੀ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਸਾਹਿਬ ਜੀ ਕਹਿੰਦੇ ਜਿਹੜੇ ਰੱਬ ਜੀ ਨੂੰ ਛੱਡ ਕੇ ਮਾਇਆ ਦੇ ਪਿਆਰ ਵਿੱਚ ਚੱਲਦੇ ਆ, ਜਿਹੜੇ ਰੱਬ ਜੀ ਨੂੰ ਛੱਡ ਕੇ ਪਦਾਰਥਾਂ ਦੀ ਪਕੜ ਕਰ ਲੈਂਦੇ ਆ, ਹਮੇਸ਼ਾ ਉਹੀ ਮਨ ਕਰਕੇ ਮਲੀਨ ਹੁੰਦੇ ਹਨ ਜੀ। ਧੋਤੀ ਮੂਲ ਨਾ ਉਤਰੈ ਜੇ ਅੱਠ ਸੱਠ ਤੀਰਥ ਨਾਏ। ਤੇ ਸਾਹਿਬ ਜੀ ਕਹਿੰਦੇ ਧੋਤੀ ਮੂਲ ਨਾ ਉਤਰੈ ਜੇ ਅੱਠ ਸੱਠ ਤੀਰਥ ਨਾਏ। ਜਿਹੜੀ ਮਨ ਨੂੰ ਮੈਲ ਲੱਗ ਗਈ ਭਾਵੇਂ ਠਾੜ ਤੀਰਥਾਂ ਦੇ ਇਸ਼ਨਾਨ ਕਰ ਲਾ, ਇਹ ਨਹੀਂ ਉਹ ਲੱਥਣੀ ਗਈ। ਇਹਨੂੰ ਲਾਉਣ ਵਾਸਤੇ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਮਹਾਰਾਜ ਜੀ ਕਹਿੰਦੇ ਪਾਣੀ ਨਾਲ ਸਰੀਰ ਸਾਫ ਹੁੰਦਾ, ਮਨ ਮਲੀਨ ਹੋ ਗਿਆ ਨਾ, ਇਹ ਤਾਂ ਨਾਮ ਨਾਲ ਪਿਆਰ ਪਾਉਣਾ ਪੈਣਾ ਹੀ ਤਾਂ ਜਾ ਕੇ ਸਾਫ ਹੋਣਾ। ਅੱਜ ਸੱਚੇ ਪਾਤਸ਼ਾਹ ਜੀ ਕਹਿੰਦੇ ਧੋਤੀ ਮੂਲ ਨਾ ਉਤਰੈ ਜੇ ਅੱਠ ਸੱਠ ਤੀਰਥ ਨਾਏ। ਜਿਹੜੀ ਮਨ ਨੂੰ ਵਿਕਾਰਾਂ ਦੀ ਮੈਲ ਲੱਗ ਗਈ ਨਾ, ਅਠਾਰ ਤੀਰਥਾਂ ਦਾ ਇਸ਼ਨਾਨ ਕਰਨ ਦੇ ਨਾਲ ਉਹ ਉਤਰ ਨਹੀਂ ਸਕੇਗੀ ਜੀ। ਮਨ ਮੁਖ ਕਰਮ ਕਰੇ ਅਹੰਕਾਰੀ ਸਭ ਦੁੱਖ ਦੁੱਖ ਕਮਾਏ। ਸਾਹਿਬ ਜੀ ਕਹਿੰਦੇ ਜਿਹੜਾ ਮਨ ਮੁਖ ਵਾ ਉਹ ਜਿੰਨੇ ਵੀ ਕਰਮ ਕਰਦਾ ਨਾ, ਹਰੇਕ ਕੰਮ ਦੇ ਵਿੱਚ ਹੰਕਾਰ ਪ੍ਰਗਟ ਕਰ ਲੈਂਦਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਇਹੀ ਕਾਰਨ ਉਹ ਦਿਨੋ ਦਿਨ ਦੁਖੀ ਹੁੰਦਾ, ਇਹੀ ਕਾਰਨ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਜ਼ਿੰਦਗੀ ਵਿੱਚ ਦੁੱਖ ਵੱਧਦੇ ਆ। ਇੱਕ ਬੇਨਤੀ ਕਰਾਂ, ਮਹਾਰਾਜ ਨੇ ਬਾਣੀ ਵਿੱਚ ਬੋਲ ਕਿਹਾ, ਸਾਹਿਬ ਜੀ ਕਹਿੰਦੇ ਸੇਵਾ ਕਰ ਪਰ ਹੰਕਾਰ ਨਾ ਕਰਿਆ ਕਰ। ਮੈਂ ਅਕਸਰ ਇਹ ਬੇਨਤੀ ਕਰਦਾ ਹੁੰਦਾ, ਜਦੋਂ ਸੇਵਾ ਕਰਨੀ ਆ ਨਾ, ਜੂਠੇ ਭਾਂਡੇ ਮਾਂਜਣੇ ਆ, ਉਦੋਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਇੱਕ ਅਰਦਾਸ ਮਾਨੀ ਮਨ ਕਰਿਆ ਕਰੋ। ਧੰਨ ਗੁਰੂ ਰਾਮਦਾਸ ਜੀ, ਤੁਹਾਡੇ ਦਰ ਤੇ ਭਾਈ ਮੰਝ ਜੀ ਨੇ ਭਾਂਡੇ ਮਾਂਜੇ ਆ, ਤੇ ਤੁਸੀਂ ਭਾਈ ਮੰਝ ਜੀ ਨੂੰ ਆਪਣਾ ਰੂਪ ਬਣਾ ਲਿਆ, ਤੇ ਰਹਿਮਤ ਕਰੋ ਮੈਂ ਵੀ ਤੇਰੀਆਂ ਸੰਗਤਾਂ ਦੇ ਜੂਠੇ ਭਾਂਡੇ ਮਾਂਜਦਾ। ਜਿੱਦਾਂ ਭਾਈ ਮੰਝ ਅੰਦਰੋਂ ਪਵਿੱਤਰ ਹੋ ਗਿਆ, ਮੇਰੇ ਤੇ ਵੀ ਕਿਰਪਾ ਕਰ, ਮੈਂ ਵੀ ਇੱਦਾਂ ਹੀ ਪਵਿੱਤਰ ਹੋ ਜਾਵਾਂ ਜਿੱਦਾਂ ਤੂੰ ਭਾਈ ਮੰਝ ਵਾਸਤੇ ਬੋਲ ਕਹਿ ਦਿੱਤੇ ਨਾ ਕਿ ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜੱਗ ਲੰਘਣਹਾਰਾ। ਤੇਰੇ ਦਰ ਤੇ ਸੇਵਾ ਕੀਤੀ ਭਾਈ ਮੰਝ ਨੇ ਤੇ ਗੁਰੂ ਅਰਜਨ ਦੇ ਪਾਤਸ਼ਾਹ ਨੇ ਆਪਣਾ ਬਣਾ ਲਿਆ, ਮੇਰੇ ਤੇ ਕਿਰਪਾ ਕਰ, ਮੈਨੂੰ ਵੀ ਤੂੰ ਸੰਗਤਾਂ ਦੇ ਜੂਠੇ ਭਾਂਡੇ ਮਾਂਜਣ ਦੀ ਜੇ ਸੇਵਾ ਦਿੱਤੀ ਆ ਨਾ, ਤੇ ਜਿੱਦਾਂ ਮੰਝ ਜੀ ਨੇ ਕੀਤੀ ਏਦਾਂ ਹੀ ਮੈਨੂੰ ਸੇਵਾ ਕਰਨ ਦੇ ਯੋਗ ਬਣਾ। ਮਹਾਰਾਜ ਜੀ ਕਹਿੰਦੇ ਜਿੱਦਣ ਤੂੰ ਅਰਦਾਸ ਕਰੇਗਾ ਉਦਣ ਤੇਰਾ ਜੀਵਨ ਪ੍ਰਵਾਨ। ਜੇ ਕਰਮ ਕੀਤੇ ਹੰਕਾਰੀ ਹੋ ਗਏ, ਮੈਂ ਕੱਲ ਵੀ ਬੇਨਤੀ ਕੀਤੀ ਸੀ, ਮਹਾਰਾਜ ਜੀ ਕਹਿੰਦੇ ਦੁਨੀਆਂ ਵਿੱਚ ਹਰੇਕ ਬੰਦਾ ਹੰਕਾਰੀ ਆ, ਕਿਸੇ ਨੂੰ ਮਾਇਆ ਦਾ ਹੰਕਾਰ, ਕਿਸੇ ਨੂੰ ਸੁੰਦਰਤਾ ਦਾ ਹੰਕਾਰ, ਗੁਸਤਾਖੀ ਮਾਫ ਕਰਿਓ ਕਿ ਨਿਤਨੇਮ ਦਾ ਹੀ ਹੰਕਾਰ ਕਰ ਲੈਂਦੇ। ਮੈਂ ਅੰਮ੍ਰਿਤ ਵੇਲੇ ਉੱਠਿਆ, ਮੈਂ ਪੰਜ ਬਾਣੀਆਂ ਪੜ੍ਹੀਆਂ, ਮੈਂ ਸਿਮਰਨ ਕਰਦਾ ਰੋਜ਼, ਮੈਂ ਬੜੇ ਚਿਰਾਂ ਤੋਂ ਆਉਣਾ ਜੀ, ਮੇਰੀ ਪੱਕੀ ਡਿਊਟੀ ਲੱਗੀ, ਮੈਂ ਜੋੜੇ ਘਰ ਸਾਫ, ਜੋੜੇ ਘਰ ਆਣ ਕੇ ਜੋੜੇ ਸਾਫ ਕਰਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਕਿਸੇ ਨੂੰ ਮਾਇਆ ਦਾ ਹੰਕਾਰ ਹੋ ਗਿਆ, ਉਹਨੂੰ ਕਵਾਂਗੇ ਬਾਣੀ ਪੜ੍ਹ ਲੱਥ ਜੂ। ਕਿਸੇ ਨੂੰ ਸੁੰਦਰਤਾ ਦਾ ਹੰਕਾਰ ਹੋ ਗਿਆ, ਉਹਨੂੰ ਕਵਾਂਗੇ ਬਾਣੀ ਪੜ੍ਹ ਲੱਥ ਜੂ। ਤੇ ਜੇ ਕੋਈ ਨਿਤਨੇਮ ਕਰਕੇ ਉਹਦਾ ਹੀ ਹੰਕਾਰ ਕਰ ਲਏ ਤੇ ਉਹਨੂੰ ਕੀ ਕਵਾਂਗੇ। ਮਾਇਆ ਦਾ ਹੰਕਾਰ ਹੋ ਗਿਆ, ਉਹਦਾ ਤਾਂ ਇਲਾਜ ਹੈਗਾ ਵੀ ਭਾਈ ਨਿਤਨੇਮ ਕਰ ਲਿਆ ਕਰ ਲੱਥ ਜੂਗਾ। ਤੇ ਜਿਹੜਾ ਨਿਤਨੇਮ ਕਰਕੇ ਉਹਦਾ ਹੀ ਹੰਕਾਰ ਕਰ ਲਏ ਤੇ ਉਹਦਾ ਕੀ ਇਲਾਜ ਆ। ਕਹਿੰਦੇ ਜਿਹੜੇ ਰੁੱਖ ਨਦੀ ਦੇ ਬਾਹਰ ਖੜੇ ਉਹਨਾਂ ਨੂੰ ਅੱਗ ਲੱਗ ਗਈ, ਨਦੀ ਵਿੱਚੋਂ ਪਾਣੀ ਲਿਆ ਤੇ ਅੱਗ ਬੁਝਾਤੀ, ਤੇ ਜੇ ਨਦੀ ਦੇ ਵਿੱਚ ਹੀ ਅੱਗ ਲੱਗ ਜੇ ਤੇ ਉਹ ਕਿੱਦਾਂ ਬੁਝਾਵਾਂਗੇ। ਮਾਇਆ ਦਾ ਹੰਕਾਰ ਕਰਨ ਵਾਲਿਆਂ ਦਾ ਤਾਂ ਇਲਾਜ ਹੈਗਾ ਭਾਈ ਸੇਵਾ ਕਰ ਲਿਆ ਕਰ, ਭਾਈ ਜੂਠੇ ਭਾਂਡੇ ਮਾਂਜਿਆ ਕਰ ਲੱਥ ਜੂ। ਤੇ ਜਿਹੜਾ ਨਿਤਨੇਮ ਕਰਨ ਦਾ ਹੀ ਹੰਕਾਰ ਕਰ ਲਿਆ ਉਹਨੂੰ ਕੀ ਕਵਾਂਗੇ ਵੀ ਕੀ ਕਰ ਤੂੰ, ਤੇਰਾ ਹੰਕਾਰ ਖਤਮ ਹੋ ਜਾਏਗਾ।
अज धन गुरु अमरदास पातशाह कहिंदे मनमुख कर्म करे अहंकारी सब दुखों दुख कमाए। मनमुख बंदा विखावे वाले कर्म करदा, महाराज जी कहिंदे हंकार वधदा ही जांदा जिहदे करके जिंदगी विच दुखां दा भी वाधा हो जांदा है जी। नानक मैला उजल तां थीऐ ਜਾ ਸਤਿਗੁਰ ਮਾਹੇ ਸਮਾਏ। ਸਾਹਿਬ ਜੀ ਕਹਿੰਦੇ ਜੇ ਮਲੀਨਤਾ ਤੋਂ ਪਵਿੱਤਰਤਾ ਦੇ ਵਿੱਚ ਆਉਣਾ ਚਾਹੁਣਾ ਫਿਰ ਇੱਕ ਹੀ ਤਰੀਕਾ, ਮਹਾਰਾਜ ਜੀ ਕਹਿੰਦੇ ਸਤਿਗੁਰੂ ਦੇ ਵਿੱਚ ਸਮਾ ਜਾ। ਜੇ ਤੂੰ ਚਾਹੁਣਾ ਤੇਰੀ ਜ਼ਿੰਦਗੀ ਦੀ ਮਲੀਨਤਾ ਨਿਰਮਲਤਾ ਵਿੱਚ ਤਬਦੀਲ ਹੋ ਜਾਵੇ ਫਿਰ ਇੱਕੋ ਹੀ ਤਰੀਕਾ, ਸੱਚੇ ਪਾਤਸ਼ਾਹ ਜੀ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਆਹੀ ਤਰੀਕਾ ਹੀ। ਜੇ ਜੀਵਨ ਪਵਿੱਤਰ ਕਰਨਾ ਚਾਹੁਣਾ ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜਿਨ੍ਹਾਂ ਦਾ ਪਵਿੱਤਰ ਹੋ ਗਿਆ ਨਾ ਉਹ ਆਪ ਹੀ ਨਹੀਂ ਤਰਦੇ, ਸਾਰਿਆਂ ਨੂੰ ਤਾਰ ਕੇ ਰੱਖ ਦਿੰਦੇ ਆ। ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ, ਕਹਿੰਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਤੇ ਸਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਹਾਰਾਜ ਜੀ ਕਹਿੰਦੇ ਮੰਨੇ ਤਰੇ ਤਾਰੇ ਗੁਰਸਿੱਖ, ਜਿਨ੍ਹਾਂ ਨੇ ਮੰਨਿਆ ਉਹ ਆਪ ਵੀ ਤਰ ਗਏ ਤੇ ਮਹਾਰਾਜ ਜੀ ਕਹਿੰਦੇ ਉਹ ਦੂਜਿਆਂ ਨੂੰ ਵੀ ਤਾਰ ਦਿੰਦੇ ਆ। ਅੱਜ ਸਾਹਿਬ ਜੀ ਕਹਿੰਦੇ ਨਾਨਕ ਮੈਲਾ ਉਜਲ ਤਾਂ ਧੀਐ ਜਾਂ ਸਤਿਗੁਰ ਮਾਹੇ ਸਮਾਏ। ਮਹਲਾ ਤੀਜਾ ਮਨਮੁਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ। ਸਾਹਿਬ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਮਨਮੁਖ ਬੰਦਾ ਨਾ ਉਹਨੂੰ ਜਿੰਨਾ ਮਰਜ਼ੀ ਤੁਸੀਂ ਸਮਝਾ ਲਓ ਉਹ ਕਦੇ ਨਹੀਂ ਜੇ ਸਮਝਦਾਗਾ, ਕਿਉਂਕਿ ਧੰਨ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਕੋਈ ਇਨਸਾਨ ਮਨਮੁਖਤਾ ਵੱਲ ਤੁਰਦਾ ਨਾ ਵਾਹਿਗੁਰੂ ਜੀ ਉਹਦੀ ਚੰਗੀ ਮਾਤੀ ਖੋ ਲੈਂਦੇ ਆ। ਸ਼ੁੱਧ ਮਤ ਕਰਤਾ ਸਭ ਹਿਰ ਲਈ, ਜਿਹੜੀ ਚੰਗੀ ਮਤ ਉਹ ਵਾਹਿਗੁਰੂ ਜੀ ਨੇ ਖੋਲੀ ਤੇ ਜਿਹਦੇ ਕੋਲੇ ਚੰਗੀ ਮਾਤੀ ਨਹੀਂ ਰਹੀ ਜਿੰਨਾ ਮਰਜ਼ੀ ਸਮਝਾ ਲਓ ਸਮਝ ਨਹੀਂ ਸਕਦਾ। ਅੱਜ ਮਹਾਰਾਜ ਜੀ ਕਹਿੰਦੇ ਮਨਮੁਖ ਲੋਕ ਸਮਝਾਈਐ, ਜਿਹੜੇ ਮਨਮੁਖ ਉਹਨਾਂ ਨੂੰ ਜਿੰਨਾ ਮਰਜ਼ੀ ਸਮਝਾ ਲਵੋ, ਮਹਾਰਾਜ ਜੀ ਕਹਿੰਦੇ ਕਦੋਂ ਸਮਝਾਇਆ ਜਾਏ ਉਹ ਕਦੇ ਵੀ ਸਮਝ ਨਹੀਂ ਸਕੇਗਾ ਜੀ। ਮਨਮੁਖ ਰਲਾਇਆ ਨਾਰ ਲੈ ਪਏ ਕਿਰਤ ਫਿਰਾਏ। ਤੇ ਕਹਿੰਦੇ ਜੇ ਤੁਸੀਂ ਮਨਮੁਖ ਨੂੰ ਗੁਰਮੁਖਾਂ ਵਿੱਚ ਰਲਾਉਣ ਦਾ ਯਤਨ ਕਰੋਗੇ ਰਲੇਗਾ ਨਹੀਂ। ਗੁਰਮੁਖਾਂ ਦੇ ਜੀਵਨ ਦਾ ਸੁਭਾਅ ਉਹਨਾਂ ਨੇ ਇਕਾਗਰਤਾ ਬਣਾ ਕੇ ਸੁਣਨਾ ਗੁਰੂ ਨੂੰ, ਤੇ ਜਿਹੜਾ ਮਨਮੁੱਖ ਉਹਨੇ ਉੱਤੇ ਵੀ ਵੇਖਣਾ, ਉਹਨੇ ਸੱਜੇ ਵੀ ਵੇਖਣਾ, ਉਹਨੇ ਖੱਬੇ ਵੀ ਵੇਖਣਾ, ਕਹਿੰਦੇ ਉਹ ਗੁਰਮੁਖਾਂ ਵਿੱਚ ਬਹਿ ਹੀ ਨਹੀਂ ਸਕਦਾ। ਮਹਾਰਾਜ ਜੀ ਕਹਿੰਦੇ ਪਤਾ ਕਿਉਂ? ਕਹਿੰਦੇ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ, ਉਹ ਵੱਲ ਛਲ ਕਰ ਝੱਤ ਕੱਢ ਦੇ। ਮਹਾਰਾਜ ਜੀ ਕਹਿੰਦੇ ਜਿਹੜਾ ਮਨਮੁੱਖ ਨਾ ਉਹ ਕਦੇ ਇੱਧਰ ਕਦੇ ਉੱਧਰ, ਕਦੋਂ ਬਾਬਾ ਸਮਾਪਤੀ ਕਰੇ ਛੇਤੀ ਛੇਤੀ ਉੱਠ ਕੇ ਘਰ ਨੂੰ ਜਾਈਏ, ਉਹ ਵੱਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੁੜਿਆਰਾਂ ਪਾਸ। ਮਹਾਰਾਜ ਜੀ ਕਹਿੰਦੇ ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਰਜਾਸ, ਕੁੜਿਆਰ ਕੁੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਤੁਸੀਂ ਸਾਰੀ ਸਚਿਆਰ ਜਿਹੜੇ ਰੋਜ਼ਾਨਾ ਹੀ ਆਉਂਦੇ ਆ ਵੀ ਆਹ ਸਮਾਂ ਗੁਰੂ ਦੀ ਵਿਚਾਰ ਸ਼ੁਰੂ ਹੋਣ ਦਾ, ਭਾਈ ਚਲੋ ਕਿਤੇ ਲੰਘ ਨਾ ਜਾਵੇ। ਮਹਾਰਾਜ ਜੀ ਕਹਿੰਦੇ ਜਿਹੜੇ ਮਨਮੁੱਖ ਆ ਉਹ ਇਸ ਟਾਈਮ ਕਲੱਬਾਂ 'ਚ ਬੈਠੇ ਹੋਣਗੇ, ਬੀ ਆਰ ਬਾਰ 'ਚ ਬੈਠੇ ਹੋਣਗੇ, ਪਰ ਜਿਹੜੇ ਗੁਰਮੁੱਖ ਆ ਉਹ ਬਹਿੰਦੇ ਗੁਰੂ ਦੇ ਕੋਲ ਆਣ ਕੇ, ਕਿਉਂਕਿ ਗੁਰਮੁੱਖ ਹੰਸ ਆ, ਹੰਸ ਮੋਤੀ ਚੁਗਦਾ। ਤੇ ਮਹਾਰਾਜ ਜੀ ਕਹਿੰਦੇ ਜਿਹੜਾ ਮਨਮੁੱਖ ਆ ਡੱਡੂਆਂ ਦੀ ਨਿਆਈ ਆ, ਡੱਡੂ ਤਾਂ ਵਾਹਿਗੁਰੂ ਬਗਲੇ ਦੀ ਨਿਆਈ, ਤੇ ਮਹਾਰਾਜ ਜੀ ਕਹਿੰਦੇ ਜਿਹੜਾ ਬਗਲਾ ਉਹ ਤਾਂ ਫਿਰ ਡੱਡੀਆਂ ਤੇ ਮੱਛੀਆਂ ਖਾ ਕੇ ਢਿੱਡ ਭਰਦਾ। ਅੱਜ ਧੰਨ ਸੱਚੇ ਪਾਤਸ਼ਾਹ ਜੀ ਕਹਿੰਦੇ ਮਨਮੁੱਖ ਰਲਾਇਆ ਨਾ ਰਲੈ ਪਏ ਕਿਰਤ ਫਰਾਏ। ਮਨਮੁੱਖ ਨੂੰ ਜੇ ਗੁਰਮੁਖਾਂ ਵਿੱਚ ਰਲਾਉਣ ਦਾ ਯਤਨ ਕਰੋਗੇ ਰਲੀ ਨਹੀਂ ਸਕਦਾ। ਸਾਹਿਬ ਜੀ ਕਹਿੰਦੇ ਉਹ ਆਪਣੇ ਕੀਤੇ ਮਾੜੇ ਕਰਮਾਂ ਦੇ ਕਾਰਨ ਭਟਕਣਾ ਦੇ ਵਿੱਚ ਹੀ ਰਹਿੰਦਾ ਹੈ ਜੀ। ਲਿਵ ਧਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ। ਧਾਤ ਦੋਏ ਰਾਹ ਹੈ, ਲਿਵ ਦਾ ਅਖਰੀ ਅਰਥ ਪਿਆਰ, ਧਾਤ ਦਾ ਅਖਰੀ ਅਰਥ ਹੈ ਮਾਇਆ। ਸਾਹਿਬ ਜੀ ਕਹਿੰਦੇ ਦੋ ਰਾਹ ਵਾ,
इस संसार दे विच एक प्यार दा ते एक माया दा। साहब जी कहिंदे प्यार वाला जिहड़ा रस्ता रब दे घर च जांदा, जिहड़ा माया वाला रस्ता महाराज जी कहिंदे ओह दुनिया वल नूं जांदा। ते साहब जी कहिंदे एक गल होर, मनुख दी मर्जी नहीं दोनां विचों किहड़ा रस्ता उहने चुनना। धन सच्चे पातशाह जी कहिंदे हुक्मी कार कमाए, उहदे हुक्म दे विच ही कुछ प्यार वाले रस्ते ते चल के रब दे घर च पहुंच जांदे आ, कुछ महाराज जी कहिंदे माया वाले रस्ते ते चल के दुनिया दे विच गवाच जांदे हन जी। गुरमुख अपना मन मारिया शब्द कसवटी लाए। सच्चे पातशाह जी कहिंदे जिद्दां सुनियारे लोक सोने नू कोठाली विच पा के शुद्ध करदे आ, ते महाराज जी कहिंदे फिर उहनू गहिणियां दे रूप दे विच तैयार करके वेचदे, उहदी कीमत पै जांदी आ, ओही सोना गलदा शिंगार बन जांदा, तन दी सुंदरता वधा दिंदा। जिहड़े गुरमुख जाना महाराज जी कहिंदे उह शब्द दी कोठाली विच पा के अपने मन नू पवित्र कर लैंदे आ, जिहदे करके धन सच्चे पातशाह कहिंदे वाहिगुरु जी दे घर दे विच परवाने जांदे हन जी। मन ही नाल झगड़ा मन ही नाल साथ मन ही मांज समाए। ते सच्चे पातशाह कहिंदे गुरमुख दे जीवन दी एक होर खासियत कहिंदे मन ही नाल झगड़ा, ओ हर वक्त अपने मन दे नाल लड़न दा जतन करदा। मन ही नाल साथ, साथ दा आखरी अर्थ है समझाउणा, ओ हर वक्त अपने मन नूं ही समझाउंदा, क्योंकि उहनूं पता जे मन नाल लड़ांगा मन नूं समझावांगा तां ही तां मेरी रब दे घर च परवानगी होणी है। सच्चे पातशाह जी कहिंदे मन ही नाल झगड़ा मन ही नाल साथ मन ही मांझ समाए। मां बाप जतन करदे आ बच्चे नूं समझाया जाए समझाउंदे आ, एक दिन बच्चे दे दिमाग च बह जांदी वी जो मां बाप कहिंदे सही कहिंदे आ। महाराज जी कहिंदे जदों गुरमुख जन अपने मन नूं समझाउंदे आ, जदों गुरमुख जन अपने मन नाल हर वक्त झगड़ा करदे आ, एक दिन ऐसा आ जांदा साहिब जी कहिंदे मन ही मांझ समाए, फिर जिहड़ी माड़ी बिरती आ उह चंगी बिरती विच समा जांदी आ, भाव माड़ी बिरती अपने आप नूं खत्म कर लैंदी ते जिहड़ा चंगा सुभा उह गुरमुखां दा प्रगट हो जांदा है जी। मन जो इच्छे सो लहै सच्चा शब्द सुपाए। महाराज जी कहिंदे भाई जदों तुसीं सच्चे शब्द दे प्रेम विच जीवन बतीत करन लग पवोंगे ना, फिर जो मंगोगे तुहानूं ओह कुछ मिलन लग पएगा। जिहनूं साहिब जी कहिंदे जो मंगै ठाकुर अपने ते सोई सोई देवै, नानक दास मुख ते जो बोलै इहां उहां सच होवै। कहिंदे जिद्दां तुसीं वाहिगुरु जी दे प्यार विच चलोंगे महाराज जी कहिंदे फिर जो चाहोगे वह कुछ मिल जाएगा। ते अज धन सच्चे पातशाह महाराज कहिंदे मन जो इच्छे सो लहै सच्चा शब्द सुभाए। अमृत नाम साध पूंछिऐ गुरमुख कार कमाए। ते साहिब गुरु अमरदास पातशाह कहिंदे भाई जिद्दां दी गुरमुख कार करदे आ ना उदां दी कार तुसीं वी करिया करो। ते साहिब जी कहिंदे आत्मिक जीवन देण वाला जिहड़ा नाम उहनूं महाराज जी कहिंदे पीओ तुहाडे जीवन दा भला हो जाएगा। जदों तुसीं गुरमुखां दा मुताबक चलण लग पवोंगे, जदों महाराज जी कहिंदे तुसीं आत्मिक जिंदगी देण वाला नाम पीओगे, फिर महाराज जी कहिंदे तुसीं वी गुरमुखां दी तरह वाहिगुरु जी नूं प्यारे लगन लग पवोंगे। बचन तुसीं सारे पढ़दे जे, साहिब जी कहिंदे संत जना मिल हर जस गाए, कोट जन्म के दुख गवायो, जो चाहत सोई मन पायो, कर कृपा हर नाम दवायो, सर्व सुख हर नाम वडाई, गुर प्रसाद नानक मत पाई। अज धन गुरु अमरदास पातशाह कहिंदे अमृत नाम सद पुंचिया, आत्मक जीवन देन वाला जिहड़ा नाम महाराज जी कहिंदे उहनूं छकिया करो, गुरमुख कार कमाए गुरमुखां वाली कार करिया करो, तां जो महाराज जी कहिंदे तुहाडा जीवन वी सफल जीवन हो सके जी। बिन मन्नै जे होरी नाल लुजना जासी जन्म गवाए। बड़े प्यार वाला बोल महाराज ने सानू कहा, जिन्ने असीं बैठे हां ना मेरे समेत साडा सारिआं नाल किसे ना किसे नाल झगड़ा हैगा,
ਅਸੀਂ ਕਿਸੇ ਨਾਲ ਈਰਖਾ ਕਰਦੇ ਹਾਂ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹੋ ਜੇ ਲੜਨਾ ਹੀ ਚਾਹੁੰਦਾ ਉਹਦੇ ਮਨ ਨਾਲ ਲੜਿਆ ਕਰ, ਲੋਕਾਂ ਨਾਲ ਲੜਨ ਦਾ ਕੀ ਫਾਇਦਾ। ਅੱਜ ਮਹਾਰਾਜ ਨੇ ਬੜੇ ਪਿਆਰ ਵਾਲਾ ਬੋਲ ਕਿਹਾ, ਕਹਿੰਦੇ ਵਿਨ ਮਣੈ ਜੇ ਹੋਰੀ ਨਾਲ ਲੁੱਝਣਾ, ਜਿਹੜੇ ਮਨ ਨਾਲ ਲੜਨ ਤੋਂ ਬਗੈਰ ਲੋਕਾਂ ਨਾਲ ਹੀ ਲੜੀ ਜਾਂਦੇ ਆ। ਮਹਾਰਾਜ ਜੀ ਕਹਿੰਦੇ ਜਾਸੀ ਜਨਮ ਗਵਾਏ ਉਹ ਜੀਵਨ ਦੀ ਬਾਜ਼ੀ ਹਾਰ ਜਾਂਦੇ ਆ। ਲੋਕਾਂ ਨਾਲ ਨਾ ਲੜ, ਇਹਦੇ ਨਾਲ ਲੜ, ਕਿਉਂਕਿ ਮਹਾਰਾਜ ਜੀ ਕਹਿੰਦੇ ਜਿੱਦਣ ਇਹਨੂੰ ਜਿੱਤ ਲਿਆ ਨਾ ਉਦੋਂ ਦੁਨੀਆ ਆਪਣੇ ਆਪ ਹੀ ਜਿੱਤੀ ਜਾਣੀ ਹੈ। ਮਨ ਜਿੱਤੇ ਜਗ ਜੀਤ, ਜਿੱਦਣ ਮਨ ਜਿੱਤ ਲਿਆ ਦੁਨੀਆ ਤੇ ਜਿੱਤ ਪੈ ਜਾਣੀ ਆ। ਲੋਕਾਂ ਨਾਲ ਈਰਖਾ ਕਿਉਂ ਕਰਦਾ? ਮਹਾਰਾਜ ਜੀ ਕਹਿੰਦੇ ਇਹਨੂੰ ਸਮਝਾ ਵੀ ਕਮਲਿਆ, ਜੇ ਤੂੰ ਸੁਧਰ ਗਿਆ ਤੇ ਮੇਰੀ ਜ਼ਿੰਦਗੀ ਸੁਧਰ ਜਾਣੀ ਆ। ਇਸੇ ਕਰਕੇ ਬਾਬਾ ਜੀ ਕਹਿੰਦੇ ਨਾ ਕਿ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਮਨ ਤੋਂ ਬਗੈਰ ਹੋਰਨਾਂ ਨਾਲ ਝਗੜਾ ਕਰਦੇ ਆ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਜੀਵਨ ਦੀ ਬਾਜ਼ੀ ਹਾਰ ਜਾਂਦੇ ਹਨ ਜੀ। ਮਨ ਮੁਖੀ ਮਨ ਹਠ ਹਾਰਿਆ, ਕੂੜ ਕੁਸਤ ਕਮਾਏ। ਸਾਹਿਬ ਜੀ ਕਹਿੰਦੇ ਮਨਮੁਖ ਬੰਦਾ ਆਪਣੀ ਕਠੋਰਤਾ ਦੇ ਕਾਰਨ ਆਪਣੇ ਜੀਵਨ ਦੀ ਬਾਜ਼ੀ ਹਾਰ ਜਾਂਦਾ, ਕਠੋਰਤਾ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਕੂੜ ਕਮਾਉਣ ਦੇ ਵਿੱਚ ਤੇ ਬੁਰਿਆਈਆਂ ਇਕੱਠੀਆਂ ਕਰਨ ਵਿੱਚ ਹੀ ਲੰਘ ਜਾਂਦੀ ਹੈ ਜੀ। ਪ੍ਰਸਾਦੀ ਮਨ ਜੀ ਨੇ ਹਰ ਸੇਤੀ ਲਿਵ ਲਾਏ। ਸਹਿਜ ਜੀ ਕਹਿੰਦੇ ਜਿਹੜੇ ਮਨੁੱਖ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਆ, ਆਪਣੇ ਮਨ ਨੂੰ ਜਿੱਤ ਲੈਂਦੇ ਆ, ਸਹਿਬ ਜੀ ਕਹਿੰਦੇ ਉਹਨਾਂ ਦੀ ਫਿਰ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਲਿਵ ਲੱਗ ਜਾਂਦੀ ਆ। ਬਚਨ ਤੁਸੀਂ ਸਾਰੇ ਪੜ੍ਹਦੇ ਜੇ, ਮਹਾਰਾਜ ਜੀ ਕਹਿੰਦੇ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਕਹਿੰਦੇ ਜਿਹੜੇ ਗੁਰੂ ਕਿਰਪਾ ਦੇ ਪਾਤਰ ਬਣ ਜਾਣ, ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਦੀ ਵਾਹਿਗੁਰੂ ਜੀ ਦੇ ਨਾਲ ਲਿਵ ਲੱਗਦੀ ਹੈ ਜੀ। ਨਾਨਕ ਗੁਰਮੁਖ ਸੱਚ ਕਮਾਵੇ, ਮਨਮੁਖ ਆਵੇ ਜਾਏ। ਸਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਆ ਉਹ ਸੱਚ ਦੀ ਕਮਾਈ ਕਰਕੇ ਵਾਹਿਗੁਰੂ ਜੀ ਵਿੱਚ ਲੀਨ ਹੋ ਜਾਂਦੇ ਆ, ਤੇ ਜਿਹੜੇ ਮਨਮੁਖ ਆ ਧੰਨ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਬੁਰਿਆਈਆਂ ਦੇ ਕਾਰਨ ਜੂਨਾਂ ਦੇ ਵਿੱਚ ਆਪਣੇ ਜੀਵਨ ਦੀ ਫਿਰ ਦੁਬਾਰਾ ਤੋਂ ਆਰੰਭਤਾ ਕਰ ਲੈਂਦੇ ਹਨ। ਸਹਿਬ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇਹਨਾਂ ਪਾਵਨ ਦੋ ਸਲੋਕਾਂ ਦੇ ਅਧੀਨ ਜੋ ਸਾਨੂੰ ਉਪਦੇਸ਼ ਕਰਦੇ ਨੇ, ਭਾਈ ਗੁਰੂ ਦੀ ਮੱਤ ਲੈ ਜ਼ਿੰਦਗੀ ਦੀ ਸਫਲਤਾ ਕਰਨੀ ਤਾਂ ਹੋਵੇਗੀ, ਇਹ ਪਾਵਨ ਉਪਦੇਸ਼ ਸਾਡੇ ਜੀਵਨ ਦੇ ਨਾਲ ਜੁੜ ਜਾਏ ਤਾਂ ਜੋ ਸਾਡਾ ਵੀ ਜੀਵਨ ਸਫਲ ਜੀਵਨ ਹੋ ਸਕੇ। ਸਵਾਓ ਇਤਨੀਆਂ ਬੇਨਤੀਆਂ ਪ੍ਰਵਾਨ, ਸਮੁੱਚੀਆਂ ਸੰਗਤਾਂ ਨੂੰ ਬੇਨਤੀ, ਭਾਈ ਜਿੱਦਾਂ ਲੰਬੇਰੇ ਸਮੇਂ ਤੋਂ ਤੁਸੀਂ ਇਸੇ ਤਰ੍ਹਾਂ ਆ ਰਹੇ ਹੋ, ਰਹਿੰਦੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਤੁਸੀਂ ਹਾਜ਼ਰੀਆਂ ਭਰ ਕੇ ਗੁਰੂ ਪਿਆਰ ਵਾਲੇ ਬਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਰੀਏ